ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਉਹਦਾ ਸਵਾਲ ਜਵਾਬ ਦੇ ਉਹਦਾ ਵਿਰੋਧ ਕਰਨਾ ਹੈ। ਜਿਹੜੇ ਕਿਸਾਨੀ ਮੰਗਾਂ ਨੇਗੀਆਂ ਉਹਨੇ ਹੁਣ ਤੱਕ ਸਾਡੀਆਂ ਨਹੀਂ ਮੰਨੀਆਂ। ਕਿਸਾਨੀ ਨੂੰ, ਜਵਾਨੀ ਨੂੰ, ਸਾਡੀ ਜ਼ਮੀਨ ਦੇ ਉੱਪਰ ਜਿਹੜੀ ਅੱਖ ਹੈ ਉਹਦੀ, ਉਹ ਸਾਡੀ ਜ਼ਮੀਨਾਂ ਖੋਣਾ ਚਾਹੁੰਦਾ ਹੈਗਾ। ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤੇ ਤਮਾਮ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ, ਪਰ ਇਸ ਵਾਰ ਪੰਜਾਬ ਦੇ ਵਿੱਚ ਭਾਜਪਾ ਦੇ ਲਈ ਰਾਹ ਫੇਰ ਤੋਂ ਮੁਸ਼ਕਲ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਭਾਜਪਾ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ। ਕਈ ਪਿੰਡਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਫਲੈਕਸ ਬੋਰਡ ਲਗਾ ਕੇ ਭਾਜਪਾ ਦੇ ਜੋ ਲੀਡਰ ਨੇ ਉਹਨਾਂ ਦਾ ਇਸ ਪਿੰਡ ਦੇ ਵਿੱਚ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਦੀ ਹੋਵੇਗੀ। ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਲੋਕਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਕਿ ਪਿੰਡ ਦੇ ਬਾਹਰ ਹੀ ਫਲੈਕਸ ਲਗਾਇਆ ਗਿਆ ਜਿਸ ਦੇ ਉੱਪਰ ਸ਼ਹੀਦ ਕਿਸਾਨ ਸ਼ੁਭ ਕਰਨ ਦੀ ਤਸਵੀਰ ਲਗਾਈ ਹੈ ਤੇ ਠੀਕ ਉਸਦੇ ਬਿਲਕੁਲ ਨਾਲ ਲਿਖਿਆ ਕਿ ਬੀਜੇਪੀ ਦੇ ਕਿਸੇ ਵੀ ਨੁਮਾਇੰਦੇ ਦਾ ਇਸ ਪਿੰਡ ਦੇ ਵਿੱਚ ਆਉਣ ਦੇ ਉੱਤੇ ਸਖਤ ਪਾਬੰਦੀ ਹੈ। ਜੇਕਰ ਕੋਈ ਪਿੰਡ ਦਾ ਵਿਅਕਤੀ ਕਿਸੇ ਬੀਜੇਪੀ ਦੇ ਨੇਤਾ ਜਾਂ ਫਿਰ ਲੀਡਰ ਨੂੰ ਲੈ ਕੇ ਆਉਂਦਾ ਤਾਂ ਉਸਦੇ ਵਿਰੋਧ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਦੀ ਹੋਵੇਗੀ। ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ। ਦੱਸ ਦਈਏ ਕਿ 13 ਫਰਵਰੀ ਤੋਂ ਲਗਾਤਾਰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਆਪਣੀ ਵੱਖ ਵੱਖ ਮੰਗਾਂ ਨੂੰ ਲੈ ਕੇ। ਹਾਲਾਂਕਿ ਕਈ ਵਾਰੀ ਕੇਂਦਰ ਨਾਲ ਮੀਟਿੰਗ ਹੋਈ ਪਰ ਕੋਈ ਵੀ ਗੱਲਬਾਤ ਸਿਰੇ ਨਹੀਂ ਚੜ੍ਹ ਪਾਈ ਹੈ। ਦੂਜੇ ਪਾਸੇ ਕਈ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਨੇ ਤੇ ਹੁਣ ਪਿੰਡ ਦੇ ਲੋਕਾਂ ਦਾ ਗੁੱਸਾ ਫੁੱਟਿਆ ਤੇ ਉਹਨਾਂ ਦੇ ਵੱਲੋਂ ਹੁਣ ਬੀਜੇਪੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹ ਦੇਖੋ, ਜੋ 1 ਮਹੀਨੇ ਤੋਂ ਉੱਪਰ ਹੋ ਗਿਆ, ਸੋ ਕਿਸਾਨੀ ਮੰਗਾਂ ਨੂੰ ਲੈ ਕੇ 2 ਮੋਰਚਿਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਕਿਸਾਨਾਂ ਨੂੰ ਦਿੱਲੀ ਜਾਣ ਲਈ, ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਿਹੜੀਆਂ ਮੋਦੀ ਦੀਆਂ 2014 ਤੋਂ ਲੈ ਕੇ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦਾ ਹੈਗਾ ਕਿਸਾਨਾਂ ਦੇ ਕਰਜ਼ੇ ਦੀ ਗੱਲ ਨੂੰ ਲੈ ਕੇ, ਵੀ ਕਰਜ਼ਾ ਖਤਮ ਕਰ ਦੂੰਗਾ ਜਦੋਂ ਮੈਂ ਸੱਤਾ 'ਤੇ ਆ ਗਿਆ, ਅਤੇ MSP ਦੇ ਦੂੰਗਾ ਕਿਸਾਨਾਂ ਨੂੰ, ਅਤੇ ਹੋਰ ਜਿਹੜੀਆਂ ਜਿਵੇਂ ਬਿਜਲੀ ਐਕਟ ਨੂੰ ਲੈ ਕੇ ਅਤੇ ਆਹ ਪ੍ਰਦੂਸ਼ਣ ਵਾਲੀ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਜਿਹੜੀਆਂ ਅਸੀਂ ਲਗਭਗ ਬਹੁਤ ਲੰਮੇ ਸਮੇਂ ਤੋਂ ਜਿੱਦੇ ਦੇ ਅਸੀਂ ਦਿੱਲੀ ਅੰਦੋਲਨ ਨੂੰ ਜਿੱਤ ਕੇ ਆਏਗੇ, ਉਦੋਂ ਆ ਕੇ ਅਸੀਂ ਨੇ ਇਹ ਮੰਗਾਂ ਦੇ ਸਾਰੀਆਂ 'ਤੇ ਮੰਗ ਪੱਤਰਾਂ ਜਿਹੜੇ ਦੇਣੇ ਸ਼ੁਰੂ ਕਰਤੇ ਨੇ, ਕਦੇ ਗਵਰਨਰ ਨੂੰ ਅਤੇ ਕਦੇ ਇਹਨਾਂ ਦੇ ਮੰਤਰੀਆਂ ਨੂੰ ਅਤੇ ਕਦੇ DC ਨੂੰ, ਵੀ DC ਦੇ ਰਾਹੀਂ ਸਰਕਾਰ ਤੱਕ ਸਾਡੀ ਗੱਲ ਵਗ ਜੀ। ਪਰ ਜਦੋਂ ਸਰਕਾਰ ਨੇ ਅਣਗੌਲਿਆ ਕੀਤਾ ਤਾਂ ਦਿੱਲੀ ਦੀ ਕਾਲ ਆ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਗਈ, ਅਤੇ ਜਦੋਂ ਅਸੀਂ ਦਿੱਲੀ ਨੂੰ ਕੂਚ ਕਰਨ ਲਈ 13 ਤਰੀਕ ਨੂੰ ਜਾਣਾ ਮੰਨਿਆ ਤਾਂ ਰਸਤੇ ਦੇ ਵਿੱਚ ਹਰਿਆਣੇ ਦੀ ਸਰਕਾਰ ਦੇ ਵੱਲੋਂ ਬੈਰੀਗੇਟਿੰਗ ਕਰਕੇ ਅਤੇ ਫੋਰਸ ਲਾ ਕੇ ਇੱਕ ਨੈਸ਼ਨਲ ਬਾਰਡਰਾਂ ਦੇ ਵਾਂਗੂ ਕਿਸਾਨਾਂ ਦੇ ਰੋਕਣ ਦੇ ਲਈ ਯਤਨ ਕੀਤੇ ਗਏ, ਅਤੇ ਉਹਦੇ 'ਤੇ ਲਗਭਗ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਉਸ ਇਲਾਕਿਆਂ ਦੇ ਉੱਪਰ, ਅਤੇ ਅੱਥਰੂ ਗਹਿਣ ਅਤੇ ਗੋਲੇ ਦਿਨ ਰਾਤ ਚੱਲੇ ਅਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। ਜਿਹੜਾ ਨੌਜਵਾਨ, ਜਿਵੇਂ ਸ਼ੁਭਕਰਨ ਨੌਜਵਾਨ ਆ, ਉਹ ਸ਼ਹੀਦ ਕੀਤਾ ਸਿੱਧੀ ਗੋਲੀ ਸਿਰ 'ਚ ਲਾ ਕੇ, ਅਤੇ ਇਸ ਕਰਕੇ ਹਰਿਆਣੇ ਦਾ ਜਿੱਥੇ ਪ੍ਰਸ਼ਾਸਨ ਦੀ ਉਹਦੇ ਵਿੱਚ ਵਰਦੀ ਤੋਂ ਬਿਨਾਂ ਜਿਹੜੇ ਪਿਸਤੌਲ ਅਤੇ ਰਾਫਲਾਂ ਲੈ ਕੇ BJP ਦੇ ਗੁੰਡੇ ਬੜੇ ਹੋਏ ਤੇ ਜਿਹੜੇ ਸਿੱਧੇ ਕਿਸਾਨਾਂ 'ਤੇ ਗੋਲੀਆਂ ਮਾਰ ਰਹੇ ਤੇ, ਇਸ ਕਰਕੇ ਫਿਰ ਉਹਦੇ ਵਿਰੋਧ ਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਵੀ ਜਿੰਨਾ ਚਿਰ ਆਪਣਾ ਮੋਰਚਾ ਚੱਲਦਾ, ਜਿੰਨਾ ਚਿਰ ਆਪਣੀਆਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ BJP ਦਾ ਜਿਹੜਾ ਵੀ ਨੁਮਾਇੰਦਾ ਪਿੰਡ ਦੇ ਵਿੱਚ ਆਉਂਦਾ ਗਾ ਉਹ ਤੋਂ ਸਵਾਲ ਕਰੋ, ਅਤੇ ਉਹ ਜੇ ਸਵਾਲਾਂ ਤੋਂ ਭਾਈ ਦਾ ਜਵਾਬ ਨਹੀਂ ਦਿੰਦਾ, ਕਿਉਂਕਿ BJP ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈਗਾ, ਕਿਉਂਕਿ ਕਈ ਕਿਸਾਨਾਂ ਦਾ ਕਸੂਰ ਕੀ ਤੀਗਾ, ਕਿਸਾਨ ਤਾਂ ਆਪਦੀਆਂ ਗੱਲਾਂ ਨੂੰ ਅਤੇ ਆਪਦੀਆਂ ਮੰਗਾਂ ਨੂੰ ਹੱਕੀ ਨੂੰ ਲੈ ਕੇ ਜਾ ਰਹੇ ਤੇ ਨਾ, ਅਤੇ ਦਿੱਲੀ ਸਾਡਾ ਰਾਈਟ ਬਣਦਾ ਜਾਣਾ, ਸਾਡੀ ਰਾਜਧਾਨੀ ਆ, ਅਸੀਂ ਆਪਦੀ ਗੱਲ ਰੱਖ ਸਕਦੇ ਉੱਥੇ ਜਾ ਕੇ, ਉੱਥੋਂ ਰੱਖਣ ਤੋਂ ਜੇ ਸਰਕਾਰ ਸਾਡੇ ਨਾਲ ਇਹੋ ਜਿਹਾ ਵਿਤਕਰਾ ਕਰੂਗੀ, ਅਤੇ ਜਾਂ ਫਿਰ ਜਿਵੇਂ ਲਖਮੀਰਪੁਰ ਖੀਰੀ 'ਚ ਕਿਸਾਨਾਂ ਨੂੰ ਫੱਟੜ ਕੀਤਾ ਗਿਆ, ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਗੱਡੀਆਂ ਚਾੜ੍ਹ ਕੇ, ਅਤੇ ਮਿਸ਼ਰੇ ਟੈਣੀ ਵਰਗਿਆਂ ਨੂੰ ਬਰਖਾਸਤ ਕਰਨ ਦੀ ਬਜਾਏ, ਸਜ਼ਾ ਦੇਣ ਦੀ ਬਜਾਏ ਟਿਕਟਾਂ ਦਿੱਤੀਆਂ ਜਾਂਦੀਆਂ ਨੇ BJP ਦੇ ਵੱਲੋਂ, ਫਿਰ ਇਹਦਾ ਮਤਲਬ ਤਾਂ ਸਿੱਧਾ ਇਹੀ ਹੈ ਨਾ ਵੀ ਜਿਹੜਾ
ਬੀਜੇਪੀ ਦਾ ਲੀਡਰ ਕਿਸਾਨਾਂ ਦੇ ਉੱਪਰ ਜ਼ਬਰ ਜ਼ਿਆਦਾ ਕਰੂਗਾ, ਉਹਨੂੰ ਟਿਕਟਾਂ ਮਿਲਣਗੀਆਂ। ਇਹਦਾ ਮਤਲਬ ਫਿਰ ਲੋਕਾਂ ਨੂੰ ਮਾਰਨ 'ਤੇ ਆਈ ਹੋਈ ਹੈ ਬੀਜੇਪੀ ਦੀ ਸਰਕਾਰ। ਇਸ ਕਰਕੇ ਬੀਜੇਪੀ ਦੀ ਸਰਕਾਰ ਦਾ ਜਿੰਨਾ ਚਿਰ ਸਾਡਾ ਅੰਦੋਲਨ ਚੱਲੂਗਾ, ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਚਿਰ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। ਅਤੇ ਅਸੀਂ ਬੋਰਡ ਬਕਾਇਦਾ ਲਾ ਦਿੱਤੇ ਹੈਗੇ ਵੀ ਉਹਨਾਂ ਦਾ ਭਾਈ ਆਉਣਾ ਇੱਥੇ ਸਾਡੇ ਪਿੰਡ ਦੇ ਵਿੱਚ ਸਖ਼ਤ ਮਨਾ ਹੈਗਾ ਸਾਡੀਆਂ ਸੱਥਾਂ ਦੇ ਵਿੱਚ, ਅਤੇ ਸਾਡੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੈਗੇ, ਅਤੇ ਉਹ ਸਾਡੇ ਨੌਜਵਾਨਾਂ ਅਤੇ ਸਾਡੇ ਕਿਸਾਨਾਂ ਦੇ ਕਾਤਲ ਨੇਗੇ। ਜਿੰਨਾ ਚਿਰ ਉਹਨਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਹੈਗੀਆਂ ਅਤੇ ਉਨਾ ਚਿਰ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਐਂਟਰ ਹੁੰਦੇ ਵਾ। ਜੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹ ਆਪਦਾ ਵਿਰੋਧ ਕਰਾ ਕੇ ਜਾਣਗੇ, ਫਿਰ ਉਹ ਆਪ ਦਾ ਸਾਹਮਣਾ ਕਰ ਲੈਣ, ਸਾਡੇ ਕਿਸਾਨ ਅਤੇ ਸਾਡੀਆਂ ਭੈਣਾਂ ਪੂਰੇ ਜਾਗਰੂਕ ਨਾ ਹੋਣਾ। ਫਿਰ ਹੁਣ ਇਹ ਨਹੀਂ ਹੋਊਗਾ ਵੀ ਬੀਜੇਪੀ ਦਾ ਕੋਈ ਨੁਮਾਇੰਦਾ ਸਾਡੀ ਸੱਥਾਂ ਜਾ ਕੇ ਜੁਮਲਾ ਛੱਡ ਜੂਗਾ ਵੀ ਸਾਡੇ ਕਿਸਾਨ ਉੱਥੇ ਬੈਠੇ ਹੋਏ ਆ, ਅਸੀਂ ਕਾਤਲ ਮੰਨਦੇ ਉਹਨਾਂ ਨੂੰ, ਕਾਤਲ ਆ ਸਾਡੇ ਕਿਸਾਨਾਂ ਦੇ ਅਤੇ ਸਾਡੇ ਸ਼ੁਭ ਘਰ ਨੌਜਵਾਨ ਦੇ। ਜਿੰਨਾ ਚਿਰ ਉਹਦਾ ਇਨਸਾਫ ਸਹੀ ਢੰਗ ਦੇ ਨਾਲ ਅਤੇ ਜਿੰਨਾ ਚਿਰ ਸਾਡੀਆਂ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾ ਟਾਈਮ ਕੋਈ ਵੀ ਬੀਜੇਪੀ ਦੇ ਨੁਮਾਇੰਦੇ ਨੂੰ ਨਮੋਲ ਪਿੰਡ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। ਅਤੇ ਇਸ ਕਰਕੇ ਜਿਹੜਾ ਮੋਦੀ ਜਿਹੜਾ ਹੈਗਾ ਸਾਡਾ, ਜਿਹੜਾ ਇਹਨੇ ਜਿਹੜਾ ਅਸੀਂ ਸਾਡੀ ਮੰਗਾਂ ਮਨਵਾ ਕੇ 20 ਦੇ ਵਿੱਚ, ਜਿਹੜੀਆਂ ਮੰਗਾਂ ਉਹਨੇ ਹੁਣ ਤੱਕ ਲਾਗੂ ਨਹੀਂ ਕਰੀਆਂ, ਸਾਨੂੰ ਹੁਣ ਤੱਕ ਲਾਰੇ ਰੁਪਏ ਲਾ ਕੇ ਰੱਖਿਆ ਹੈਗਾ। ਅਤੇ ਹੁਣ ਉਹ ਅਸੀਂ ਉਹਨਾਂ ਦੇ ਉਹਦੇ ਸੰਬੰਧ ਦੇ ਵਿੱਚ ਅਸੀਂ ਹੁਣ ਜਿਹੜਾ ਹੁਣ ਬਾਰਡਰ ਦੇ ਪਹੁੰਚੇ ਹਾਂ, ਸਾਨੂੰ ਮਜ਼ਬੂਰ ਹੋ ਕੇ ਉੱਥੇ ਦੁਬਾਰੇ ਸਾਨੂੰ ਦੁਬਾਰੇ ਬਾਰਡਰ ਜਾ ਕੇ ਬੈਠਣਾ ਪੈ ਗਿਆ, ਸੜਕਾਂ ਉੱਪਰ ਜਾ ਕੇ ਰੋਲਣਾ ਪੈ ਗਿਆ, ਤਾਂ ਕਿ ਵੀ ਜਿਹੜੇ ਅਸੀਂ ਜਿਹੜਾ ਉਹਨੂੰ ਮਾੜਾ ਮੋਟਾ ਹੁਣ ਸੁਚੇਤ ਕਰ ਸਕੀਏ। ਪਰ ਹੁਣ ਸਾਨੂੰ ਜਿਹੜਾ ਉਹ ਜਿਵੇਂ ਕਹਿੰਦੇ ਪਹਿਲਾਂ ਪ੍ਰੋਗਰਾਮਾਂ ਦੇ ਦਾ ਬਹਾਨਾ ਲਾ ਕੇ ਉਹ ਆਈਆਂ ਲਾ ਕੇ ਉਹਨੇ ਕੁਰਸੀ ਸਾਂਭ ਲਈ, ਹੁਣ ਦੁਬਾਰੇ ਫਿਰ ਇਹ ਕੰਮ ਕਰਕੇ ਵੀ ਹੁਣ ਦੁਬਾਰੇ ਉੱਥੋਂ ਨੇ ਦੁਬਾਰੇ ਜੋ ਹੁਣ ਜਾ ਕੇ ਬਾਰਡਰ ਬੈਠੇ ਹਾਂ, ਕਿਵੇਂ ਗੋਲੀਆਂ ਚਲਾਈਆਂ ਨੇਗੀਆਂ, ਜੇ ਕਿਵੇਂ ਕਿੱਥੇ ਸਾਡੇ ਸਮਾਨ ਭੰਨੇ ਨੇ, ਗੱਡੀਆਂ ਭੰਨੇ ਨੇਗੀਆਂ, ਅਤੇ ਸਾਡੇ ਇੱਕ ਨੌਜਵਾਨ ਸ਼ੁਭਕਰਨ ਦੀ ਮੌਤ ਹੋ ਗਈ ਹੈ, ਬਾਕੀ ਹੋਰ ਬਹੁਤ ਸਾਡੇ ਕਿਸਾਨ ਫੱਟੜ ਹੋ ਗਏ ਨੇ। ਉਹਦੇ ਵਜਾਣੇ ਦੇ ਵਿੱਚ ਅਸੀਂ ਜੋ ਇਹਨੇ ਸਾਡੇ ਨਾਲ ਜ਼ੁਲਮ ਕਰੇ ਨੇਗੇ, ਹੁਣ ਇਹ ਜਿਹੜਾ ਹੈ ਸਾਡੇ 'ਤੇ ਉਹੋ ਜਿਹੇ ਬੰਬ ਚਲਾਏ ਨੇ, ਉਹੀਆਂ ਗੋਲੀਆਂ ਚਲਾਈਆਂ ਨੇ। ਜਿਹੜਾ ਇੱਕ ਚੀਨ ਹੈਗਾ ਜਿਹੜਾ ਅੱਗੇ ਵੱਧ ਰਿਹਾ ਹੈਗਾ, ਉੱਧਰ ਦੱਸ ਰਿਹਾ ਵੀ ਮੈਂ ਕੀ ਕਰਾਂ, ਉਹਨਾਂ ਨਾਲ ਤਾਂ ਇਹ ਬੱਠਾ ਲਾਇਨ ਸਾਹਿਬ ਦਾ। ਇਹ ਜਿਹੜੇ ਇੱਕ ਪੰਜਾਬ ਨੂੰ ਜੇ ਪੰਜਾਬ ਦੇ ਵਿੱਚ ਦੋ ਬਾਰਡਰ ਬਣਾ ਤੇ, ਜਿਵੇਂ ਪਾਕਿਸਤਾਨ ਅਤੇ ਹਿੰਦੁਸਤਾਨ ਹੋਵੇ, ਇੱਕ ਸਾਨੂੰ ਉੱਥੇ ਪਹਿਲਾਂ ਹਰਿਆਣਾ 'ਚ ਬਣ ਦਿੱਤਾ ਹੈਗਾ, ਫਿਰ ਸਾਨੂੰ ਦਿੱਲੀ ਜਾਣ ਦਿੱਤਾ ਹੈਗਾ। ਇਸ ਕਰਕੇ ਅਸੀਂ ਉਹਦੇ ਬਜਾਨ ਦੇ ਵਿੱਚ ਅਸੀਂ ਜਿਹੜਾ ਹੁਣ ਉਹਦਾ ਹੁਣ ਵਿਰੋਧ ਕਰ ਰਹੇ ਹਾਂ ਵੀ ਹੁਣ ਉਹਨੂੰ ਅਸੀਂ ਜਿਹੜਾ ਹੁਣ ਅਸੀਂ ਜਿਵੇਂ ਹੁਣ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਅਸੀਂ ਉਹਨਾਂ ਨੂੰ ਪੰਜਾਬ 'ਚ ਕਿਸੇ ਵੀ ਬੀਜੇਪੀ ਦੇ ਕਿਸੇ ਮੰਤਰੀ ਨੂੰ ਕਿਸੇ ਵੀ ਕਿਸੇ ਆਗੂ ਨੂੰ ਅਸੀਂ ਪਿੰਡ ਦੇ ਵਿੱਚ ਨਹੀਂ ਬਣਨ ਦੇਵਾਂਗੇ, ਕਿਉਂਕਿ ਸਾਨੂੰ ਜਦੋਂ ਦਿੱਲੀ ਸਾਨੂੰ ਰੋਕ ਸਕਦਾ, ਸਾਡੀ ਰਾਜਧਾਨੀ ਹੈ, ਉਹਨੂੰ ਸਾਨੂੰ ਰੋਕ ਸਕਦਾ, ਸਾਡਾ ਜਾਣ ਦਾ ਹੱਕ ਹੈ, ਸਾਡੇ ਸੰਵਿਧਾਨ ਹੱਕ ਖੋ ਰਿਹਾ, ਸਾਡੇ ਸੰਵਿਧਾਨ ਨੂੰ ਖੇਰ ਖੂਰ ਕਰ ਰਿਹਾ, ਲੋਕਤੰਤਰ ਘਮਸਾਨ ਕਰ ਰਿਹਾ ਹੈਗਾ। ਇਸ ਕਰਕੇ ਅਸੀਂ ਜਿਹੜਾ ਹੈਗਾ ਹੁਣ ਉਹਨੂੰ ਅਸੀਂ ਕਿਸੇ ਵੀ ਲੀਡਰ ਨੂੰ ਉਹਨੂੰ ਪੰਜਾਬ ਦੇ ਵਿੱਚ ਨਹੀਂ ਬਣਨ ਦੇਵਾਂਗੇ, ਕਿਉਂਕਿ ਜਿਹੜੇ ਹੁਣ ਉਹਨਾਂ ਸਾਡੇ ਨਾਲ ਹੁਣ ਤੱਕ ਜੋ ਸਾਡੇ ਜਿਹੜੇ ਕਿਸਾਨੀ ਮੰਗਾਂ ਨੇਗੀਆਂ ਉਹਨੇ ਹੁਣ ਤੱਕ ਸਾਡੀਆਂ ਨਹੀਂ ਮੰਨੀਆਂ। ਕਿਸਾਨੀ ਨੂੰ, ਜਵਾਨੀ ਨੂੰ, ਸਾਡੀ ਜ਼ਮੀਨ ਦੇ ਉੱਪਰ ਅੱਖ ਕਰ ਜਿਹੜੀ ਅੱਖ ਹੈ ਉਹਦੀ ਉਹ ਸਾਡੀ ਜ਼ਮੀਨਾਂ ਖੋਣਾ ਚਾਹੁੰਦਾ ਹੈਗਾ। ਪਰ ਜੇ ਗੱਲ ਕਰੀਏ ਤਾਂ ਸੰਵਿਧਾਨ ਮੁਤਾਬਕ ਪ੍ਰਚਾਰ ਕਰਨ ਦਾ ਉਹਨਾਂ ਨੂੰ ਹੱਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਉਹਨਾਂ ਦਾ ਹੱਕ ਹੈਗਾ, ਸਿਰਫ ਸਾਡਾ ਵੀ ਹੱਕ ਹੈਗਾ, ਸਾਡੇ ਹੱਕ ਦਾ ਰੋਲੇ ਜਾ ਰਹੇ ਨੇ, ਹੁਣ ਉਹਦੇ ਹੱਕ ਅਸੀਂ ਕਿਵੇਂ ਕਹੀਏ? ਕੀ ਸੰਵਿਧਾਨ, ਕਿਹੜਾ ਸੰਵਿਧਾਨ ਹੈ? ਸੰਵਿਧਾਨ ਉਹਨੇ ਆਪਣੇ ਬਾਅਦ 'ਚ ਬਣਾਇਆ ਹੋਇਆ, ਸਾਡੇ ਬਾਅਦ 'ਚ ਕੋਈ ਸੰਵਿਧਾਨ ਨਹੀਂ ਹੈਗਾ। ਅਸੀਂ ਨਹੀਂ ਮਤਲਬ ਉਹ ਕਰ ਸਕਦੇ ਪ੍ਰੋਟੈਸਟ, ਸਾਡਾ ਵੀ ਸਾਨੂੰ ਵੀ ਸੰਵਿਧਾਨ ਕਹਿੰਦਾ ਹੈ ਵੀ ਅਸੀਂ ਉਸ ਹਿਸਾਬ ਨਾਲ ਅਸੀਂ ਆਪਣਾ ਪ੍ਰੋਟੈਸਟ ਕਰੀਏ। ਸਾਨੂੰ ਤਾਂ ਇੱਕ ਹਰਿਆਣੇ 'ਚ ਸਾਡੇ ਜਿਹੜਾ ਸਾਡੇ ਵਿੱਚ ਬਣਿਆ ਸੂਬਾ ਉੱਥੇ ਸਾਨੂੰ ਜਾਣ ਦਿੰਦਾ ਹੈਗਾ, ਅਸੀਂ ਹੋਰ ਕੀ ਕਰਾਂਗੇ ਦੁਬਾਰਾ? ਸੁਣ, ਸਾਨੂੰ ਉੱਥੇ ਸਾਡੇ ਕਿਹੜੇ ਸੰਵਿਧਾਨ ਹੈ, ਕਿਹੜਾ ਇੱਥੇ ਲੋਕਤੰਤਰ ਹੈ? ਕੁਛ ਨਹੀਂ ਹੈਗਾ, ਆਪਣੇ ਵਾਸਤੇ ਹੈਗਾ, ਸੋ ਕੁਛ ਹੈਗਾ ਆਪਣੇ ਵਾਸਤੇ ਨਹੀਂ ਬਣਾਇਆ ਹੈਗਾ, ਇਹ ਜਨਤਾ ਦੇ ਵਾਸਤੇ। ਇਹਦਾ ਹੁਣ ਜੇ ਹੁਣ ਦੁਬਾਰਾ ਇੱਕ ਵਾਰੀ ਕਹਿਣਾ ਕਿਵੇਂ ਲੋਕਾਂ ਨੂੰ ਉਹ ਕਰਕੇ ਜਿਹੜਾ ਬੋਲਦਾ ਉਹ ਸਾਰਾ ਇਹ ਉਹ ਕੋਈ ਖਾਲਸਾ ਨਹੀਂ ਹੈ, ਕੋਈ ਕਮੀ ਕਿਸੇ ਕੁਛ ਕਹਿੰਦਾ ਹੈਗਾ। ਜਿਹੜਾ ਕੋਈ ਇਹਦੇ ਹੱਕ 'ਚ ਬੋਲਦਾ ਉਹ ਇਹਦਾ ਆਪਦਾ ਬੰਦਾ ਹੈਗਾ, ਉਹ ਤਾਂ ਹੈਗਾ ਦੇਸ਼ ਸੇਵਕ ਹੈਗਾ, ਬਾਕੀ ਸਾਰੇ ਖਾਲਸਾ ਨਹੀਂ ਹੈ, ਕੋਈ ਅਫਗਾਨਿਸਤਾਨ ਨਹੀਂ ਹੈਗਾ। ਇਸ ਕਰਕੇ ਜਿਹੜਾ ਹੈ ਅਸੀਂ ਤਾਂ ਪੂਰਾ ਖੁੱਲ੍ਹਾ ਵਿਰੋਧ ਕਰਾਂਗੇ ਕਿਸੇ ਵੀ ਅਸੀਂ ਜਿਵੇਂ ਕਿਸੇ ਵੀ ਬੀਜੇਪੀ ਦੇ ਨੇਤਾ ਨੂੰ ਕਿ ਲੀਡਰ ਅਸੀਂ ਅਸੀਂ ਵਿੱਚ ਪਿੰਡ ਦੇ ਵਿੱਚ ਨਹੀਂ ਬਣ ਦੇਵਾਂਗੇ। ਵਿਰੋਧੀ ਕਰਦੇ ਹਾਂ ਜਿਹੜੇ ਸਾਡੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਕਰ ਸਕਦੇ, ਬਾਕੀ ਦਾ ਉਹ ਸਾਨੂੰ ਮਾਰਦਾ, ਸਾਡੇ ਬੱਚਿਆਂ ਨੂੰ ਮਾਰਦਾ, ਅਸੀਂ ਵੀ ਕਿਹਦੇ ਸਹਾਰੇ 'ਤੇ ਬੈਠੇ ਹਾਂ?
ਤੇ ਬਾਕੀ ਦਾ ਹੁਣ ਜਿਹੜੀਆਂ ਮੰਗਾਂ ਪੂਰੀਆਂ ਕਰ ਦੇਣਗੇ ਉਹ ਵੋਟਾਂ ਵੇਲੇ ਕੁਛ ਕਹਿ ਦਿੰਦੇ ਨੇ, ਬਾਅਦ 'ਚ ਕੁਛ ਕਹਿ ਦਿੰਦੇ ਨੇ। ਸਾਨੂੰ ਇਹ ਮੰਗਾਂ ਉਹਨਾਂ ਦੀਆਂ ਮਨਜ਼ੂਰ ਨਹੀਂ ਹੈਗੀ ਕਿ ਉਹ ਉਹਨਾਂ ਦੀ ਬੋਲੀ ਅਲੱਗ ਹੈ। ਇੱਕ ਦਿਨ ਮਿੱਠੀ ਗੋਲੀ ਦੇ ਦਿੰਦੇ ਨੇ, ਕੱਲ੍ਹ ਗੋਲੀ ਦੇ ਦਿੰਦੇ ਨੇ। ਅਸੀਂ ਫਿਰ ਕਿਸੇ ਨੂੰ ਵੜਨ ਨਹੀਂ ਦੇਣਾ ਇੱਥੇ, ਨਾ ਸਾਡੀਆਂ ਜਿੰਨਾ ਚਿਰ ਪੂਰੀਆਂ ਗੱਲਾਂ ਨਹੀਂ ਹੁੰਦੀਆਂ ਸਾਰੀਆਂ। ਅਸੀਂ ਉਹਨਾਂ ਨੂੰ ਇੱਥੇ ਮਤਲਬ ਜਿਹੜੀ ਪੱਕੀ ਸੜਕ ਹੈ ਆਲੇ ਦੁਆਲੇ, ਅਸੀਂ ਉਹ ਤੋਂ ਅੰਦਰ ਹੋਣ ਨਹੀਂ ਦੇ। ਤਾਂ ਹੁਣ ਪ੍ਰਚਾਰ ਕਰਨ ਦਾ ਟਾਈਮ ਆ ਗਿਆ, ਪਾਰਟੀਆਂ ਦਾ ਵੋਟਾਂ ਦਾ ਟਾਈਮ ਹੈ, ਫਿਰ ਜੇ ਪ੍ਰਚਾਰ ਕਰਨ ਆਉਂਦੇ ਆ ਬੀ ਜੇ ਪੀ ਵਾਲੇ ਤਾਂ ਹਾਂਜੀ, ਜੇ ਪਿੰਡ 'ਚ ਆਉਂਦੇ ਫਿਰ ਕੀ ਕਰੋਗੇ? ਅਸੀਂ ਵਿਰੋਧ ਕਰਾਂਗੇ, ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ, ਜਿੱਥੇ ਉਹ ਖੜਨਗੇ ਆ ਕੇ ਅਸੀਂ ਉਹਨਾਂ ਨੂੰ ਵਾਪਸ ਮੋੜਾਂਗੇ। ਅੱਗੇ ਮੋੜੇ ਵੀ ਨੇ, ਹੁਣ ਮੋੜਾਂਗੇ ਪੂਰਾ ਪਿੰਡ ਵਿਰੋਧ ਕਰ ਰਿਹਾ। ਹਾਂਜੀ ਪੂਰਾ, ਬਾਕੀ ਜਿਵੇਂ ਉਹ ਕਰਨਗੇ ਅਸੀਂ ਹੁਣ ਜਿਵੇਂ ਉਹਨਾਂ ਦੇ ਨਾਲ ਬਰਾਸੀਆਂ ਦੇਖ ਲਓ ਕਿ ਬੱਚੇ ਮਾਰ ਮਾਰ ਕੇ ਘਰ ਖਾਲੀ ਕਰਕੇ, ਬਾਕੀ ਸਾਡੀਆਂ ਜ਼ਮੀਨਾਂ ਕਿੱਧਰ ਜਾਣਗੀਆਂ? ਉਹਨਾਂ ਨੂੰ ਕੌਣ ਸਮਝੂਗਾ? ਉਹਨਾਂ ਨੇ ਤਾਂ ਹੁਣ ਆਪਦੇ ਗੋਲਿਆਂ ਨਾਲ ਆਪਦੇ ਪ੍ਰਦੂਸ਼ਣਾਂ ਨਾਲ ਸਾਨੂੰ ਝੜਨਾ ਕਰਤਾ, ਕੀ ਗੱਲ ਹੁਣ ਅਸੀਂ ਇੰਨੇ ਨਸ਼ੇ ਖਾਈਏ? ਕੱਲ੍ਹ ਨੂੰ ਸਾਨੂੰ ਬੁੜੀਆਂ ਨੂੰ ਨਸ਼ੇ ਦੇਣ ਲੱਗ ਜਾਣਗੇ ਵੀ ਕੁਛ ਵੀ ਨਾ ਕਰੋ, ਫਿਰ ਸਾਡੀ ਖੇਤੀ ਰੋਲਦੇ ਨੇ, ਸਾਡੇ ਬੱਚਿਆਂ ਨੂੰ ਰੋਲਦੇ ਨੇ, ਅਸੀਂ ਕਿਵੇਂ ਪੜ੍ਹਾਈਏ, ਕਿਵੇਂ ਉਹਨਾਂ ਨੂੰ ਕਾਸੇ 'ਤੇ ਲਾਈਏ? ਸਾਡੇ ਜਿਹੜੇ ਆਗੂ ਨੇ ਉਹ ਤਾਂ ਉੱਥੇ ਵਗ ਜਾਂਦੇ ਹਾਂ ਅਸੀਂ, ਬਾਕੀ ਮਗਰ ਬੱਚੇ ਰਹਿ ਜਾਂਦੇ ਨੇ। ਜ਼ਿਆਦਾ ਹੋਰ ਕਰਦੇ ਨੇ ਕਿ ਬਾਹਰੇ ਭੋਗ ਦਿੰਦੇ ਨੇ, ਬਾਹਰੇ ਤੁਹਾਨੂੰ ਵੀ ਪਤਾ ਹੈਗਾ ਵੀ ਉੱਥੇ ਕੀ ਹੈ, ਸਾਨੂੰ ਮਿਲੂਗਾ ਕੁਛ? ਸਾਡੀ ਜ਼ਮੀਨ ਸਾਡੇ ਕੋਲ, ਅਸੀਂ ਆਪਦੀ ਜ਼ਮੀਨ ਆਪਦਾ ਪੂਰਾ ਹੱਥ ਰੱਖਾਂਗੇ।